दौर केड़ा आ गया, लोग हम टुटिया जुतियां लैन लग गए हैं, की करिए समझ नहीं लगती। हालात ऐसे मुल्क दे होए पे है भी मुल्क दी समझ नहीं लगन रही। आटे का इन्ना रेट हो गया कि उहदा इन्ना रेट हो गया, चीनी दा इन्ना रेट हो गया, जेल मजदूर की 1000 रुपए दिहाड़ी वो बेचारा घर च की लिजाएगा, समझ नहीं लगन रही। उत्तों गाहक जिहड़े आउंदे सी चंगे वह भी हट गए, टुटियां जुत्तियां लई आउंदे ने मेरे कोल, है पालिश भी नहीं हुण कराउण वाले आ रहे, अपनी जुत्ती पालिश कर करके मैं लोगों नूं दसण आ भी मैं पालिश वाला वा, पोची है मेरे को जुत्तियां कढा लो। खैर होएगी, अल्लाह करम करेगा। वेखो सवेर दे आए हजे तक रुपये 50 वटे सारे, उत्तों अड्डे च बैठे, अड्डे दे विच बह के 50 रुपये वटे, हुण तक मैंने 2000 रुपया सेल कर लेनी चाहिए सी। अस्सलाम वालेकुम भाई जी। वालेकुम सलाम जनाब। ਭਾਈ ਜੁੱਤੀ ਪਾਲਿਸ਼ ਕਰਾਉਣੀ? ਜੁੱਤੀ ਰਹਿਣ ਦੋ, ਮੈਂ ਕਹਿੰਦਾ ਭਾਈ ਨੂੰ ਪਹਿਲੇ ਮੂੰਹ ਪਾਲਿਸ਼ ਕਰਾ ਲਓ। ਕਸਟਮਰ ਨਾਲ ਕੈਸੀ ਗੱਲ ਕਰ ਰਹੇ ਹੋ ਭਾਈ? ਕਿੱਥੇ ਕਸਟਮਰ? ਮੈਂ ਕਸਟਮਰ ਹੀ ਆਇਆ ਭਾਈ। ਅੱਛਾ ਹਾਂਜੀ, ਹੁਕਮ ਕਰੋ ਭਾਈ ਨੂੰ। ਕੁਰਸੀ ਮੰਗਾਓ ਉੱਥੇ। ਉਹ ਕੁਰਸੀ ਕੀ ਮਰੀਜ਼ ਆ ਤੂੰ ਯਾਰ, ਪਹਿਲੀ ਕੁਰਸੀ ਮੰਗਾਈ ਹੈ, ਐਨਕ ਲਾ ਲਾ ਮੈਂ ਬੈਲਟਿੰਗ ਦਾ ਕੰਮ ਕਰਨ ਡਿਆ, ਰਾਤ ਦਾ ਟਾਈਮ ਆ ਤੂੰ ਐਨਕ ਲਾਈ ਹੈ। ਭਾਈ ਨੇ ਨਫੀਸ ਲੋਕ ਇਦਾਂ ਹੀ ਲਾਉਂਦੇ। ਕਿੱਥੇ ਹੈ ਨਫੀਸ? ਉਹ ਮੇਰੇ ਨਾਲ ਆਇਆ, ਮੇਰੇ ਉੱਥੇ ਬੈਗਨ ਚੋਤਰ ਨੂੰ ਦਿਆ। ਤੇਰੇ ਨਾਲੋਂ ਸੋਹਣਾ ਫੋੜਾ ਨਫੀਸਾਂ ਨੂੰ ਨਿਕਲਦਾ ਵਾ, ਤੂੰ ਆ ਗੱਲ ਕਹਿ ਕੇ ਕਿਸੇ ਕੋ ਮਾਰਨਾ ਲਾਰੀ ਅੱਡੇ ਚੋ ਖਾ ਲਈ। ਦੱਸ ਕੀ ਗੱਲ, ਇੱਥੇ ਚੂਚੇ ਰੱਖਣੇ ਆ? ਪੇਟੀ ਆ ਟੁੱਟ ਜਾਣੀ ਆ ਵੀਰੇ, ਮੇਰੇ ਨਾਲ ਉਂਝ ਗੱਲ ਕਰ, ਦੱਸ ਮੈਨੂੰ। ਆ ਉੱਥੇ ਰੱਖੋ। ਕੀ ਗੱਲ, ਤੇਰੇ ਵੱਜਣ ਡਿਆ ਇੱਥੇ ਪਿਆ ਰਹਿਣ ਦੇ ਨੂੰ? ਤੁਹਾਡਾ ਨਹੀਂ ਨਾ ਪੂਰਾ ਹੋਣ ਡਿਆ। ਲੈ ਪੂਰਾ ਨਹੀਂ ਹੋਣ ਡਿਆ, ਗੱਲ ਦੱਸੋ ਭੈਣ ਜਿਹੜੀ ਕਰਨ ਵਾਲੀ। ਜੁੱਤੀ ਪਾਲਿਸ਼ ਕਰੋ। ਓ ਨੋ, ਮੈਨੂੰ ਪਿੱਛੇ ਤੇ ਰੱਖ ਭਾਈ ਨੂੰ। ਮੈਂ ਇਦਾਂ ਹੀ ਕਰਾਈ ਆ, ਹਰ ਸ਼ਹਿਰ ਦੇ ਵਿੱਚ ਜਿੱਥੋਂ ਵੀ ਮੈਂ ਕਰਾਈ ਨਾ, ਮੁਲਤਾਨੋਂ, ਕੁਜਨਾ ਵਾਲਿਓ, ਕਰਾਚੀਓ, ਇਦਾਂ ਹੀ ਕਰਾਈ ਆ। ਮੈਂ ਇਦਾਂ ਹੀ ਕਰਾਉਣਾ। ਇਦਾਂ ਤੂੰ ਬਿਸ਼ਤੀ ਕਰਾਈ ਹੋਣੀ ਆ, ਜੁੱਤੀ ਪਾਲਿਸ਼ ਨਹੀਂ ਕਰਾਈ ਹੋਣੀ। ਇਦਾਂ ਕਿਸੇ ਕੋ ਤੂੰ ਹਜਾਮਤ ਕਰਾਈ ਹੋਣੀ, ਜੁੱਤੀ ਪਾਲਿਸ਼ ਨਹੀਂ ਕਰਾਈ ਹੋਣੀ। ਇਦਾਂ ਕਿਸੇ ਕੋ ਤੂੰ ਛਿੱਲ ਲਵਾਈ ਹੋਣੀ ਆ, ਤੂੰ ਜਾ ਜੁੱਤੀ ਪਾਲਿਸ਼ ਨਹੀਂ ਕਰਾਈ ਹੋਣੀ। ਤੂੰ ਬਾਹਰ ਬਹਿ ਕੇ ਸੁਣ ਲਾ। ਅਸਲ ਮੈਂ ਤੁਹਾਡੀ ਖਾਤਰ ਨਹੀਂ ਸੁਣੀ। ਕਿਉਂ ਜੀ, ਮੇਰੀ ਖਾਤਰ ਕਿਉਂ ਨਹੀਂ ਸੁਣਿਆ ਤੁਸੀਂ? ਦਫ਼ਤਰੋਂ ਫੋਨ ਸੀ ਭਾਣ। ਓਏ ਮੇਰੇ ਆਮ, ਕੀ ਕੂੜਾ ਚੁੱਕਦੇ ਉੱਥੇ ਤੁਸੀਂ? ਅਗਰ ਕੂੜਾ ਚੁੱਕਦੇ ਹੁੰਦੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਚੁੱਕਣਾ ਸੀ। ਦੱਸ ਆ ਨੈਨਕਸ਼ ਹੈ ਹੀ ਕੂੜਾ ਚੁੱਕਣ ਵਾਲੇ ਭਾਣ? ਇਹ ਕਿਤੇ ਐਸੇ ਨੈਨਕਸ਼ ਨਹੀਂ ਵੀ ਕਿਤੇ ਜਾ ਕੇ ਮੈਂ ਉਸ ਆਫਿਸ ਮੇਂ ਕੰਮ ਕਰਤਾ ਹੂੰ। ਭਾਣ ਜੁੱਤੀ ਪਾਲਿਸ਼ ਕਰੋ ਤੁਸੀਂ। ਓਏ ਪੈਰ ਥੱਲੇ ਲਾ ਲਾ ਓਏ, ਕੈਸੇ ਖਰੋੜੇ ਆ, ਇਹੋ ਜਿਹੇ ਖਰੋੜੇ ਸਿਰਫ ਗੱਡੀ ਥੱਲੇ ਦੇਣ ਵਾਲੇ ਹੁੰਦੇ ਆ। ਭਾਣ ਦੇਖੋ ਤਾਂ ਸਹੀ। ਓਏ ਵੇਖਣ ਹੀ ਦਿਆ ਇਹਨੂੰ, ਸੁੱਟ ਪਰੇ। ਓ ਨੋ, ਨਾ ਮਰਾਦਾ ਤੂੰ ਗੱਡੀ ਜੁੱਤੀ ਪਾਲਿਸ਼ ਕਰਾਉਣੀ, ਇੱਥੇ ਰੱਖ ਮੇਰੇ ਕੋਲ। ਕਰ ਯਾਰ ਕਰ, ਕਰ ਲਈ ਹੱਲ। ਆ ਸਹੀ ਨਹੀਂ ਹੋਈ ਹਨਾ ਤੈਨੂੰ? ਆ ਭਾਣ ਪੈਰ ਮਾਰੀਓ ਤੇਰਾ ਜੁੱਤੀ ਨੂੰ ਰੇ। ਦੱਸ ਯਾਰ, ਕੈਸਾ ਬੰਦਾ ਯਾਰ ਤੂੰ, ਇਹ ਪੈਰ ਮਾਰੇ ਭਾਣ? ਤੇਰਾ ਵੀ ਤੁਸੀਂ ਕਿਹਾ ਪੈਰ ਮਾਰੀਓ, ਤੇਰਾ ਖਲਾਕ ਬਹੁਤ ਅੱਛਾ ਮੱਲੇ ਚ ਹਨਾ। ਆ ਕੀ ਓਏ, ਛੱਡ ਦੇ ਪਾਲਿਸ਼, ਘੁੱਟ ਨਾ ਭਰ ਲਈ ਭਾਈ, ਤੂੰ ਮੇਰੇ ਨਾਲ ਗੱਲ ਕਰ। ਇਹ ਕੀ ਗੱਲ, ਹੱਲ ਹੱਲ ਕਰ ਦਵਾਂ। ਛੱਡ ਦੇ ਇੱਥੇ ਮੇਰੇ ਨਾਲ ਗੱਲ ਕਰ, ਹਥਿਆਰ ਨਾਲ ਨਾ ਛੇੜ। ਕਰ ਦੇ ਯਾਰ ਜੁੱਤੀ ਪਾਲਿਸ਼ ਭਾਈ ਨੂੰ ਮੈਨੂੰ, ਮੈਂ ਵਿਆਹ ਤੇ ਜਾਣਾ। ਕਿਹਨੇ? ਮੈਂ। ਉਹ ਤੈਨੂੰ ਕੋਈ ਫੌਤਗੀ ਦੇਣਾ ਸੱਦੇ? ਤੈਨੂੰ ਵਿਆਹ ਦਾ ਕੋਈ ਸੱਦਣ ਡਿਆ ਹੈ? ਤੈਨੂੰ ਕੋਈ, ਇਹ ਨਾ ਕਵੇ ਵੀ ਭਾਈ ਇੱਥੇ ਕੋਈ ਬੱਚਾ ਡਿੱਗੇ ਆ ਜਾ, ਤੈਨੂੰ ਉੱਥੇ ਨਾ ਕੋਈ ਸੱਦੇ ਹੈ? ਅਗਲੇ ਲਾ ਕੀ ਗੱਲ, ਅੱਬਾ ਜੀ ਦੇ ਸਿਰ ਚ ਮਾਰਨੀ? ਅੱਬਾ ਜੀ ਮਾਮੇ ਦੇ ਮਾਰਨੀ? ਗੱਲ ਕਰ ਜਿਹੜੀ ਕਰਨ। ਉਹ ਛੱਡ ਦੇ ਕੀ ਤਾਸ਼ ਖੇਡਣੀ ਇਹਦੇ ਨਾਲ, ਸਾਨੂੰ ਦੱਸ ਕੀ। ਮੈਂ ਤੇਰੇ ਹੱਥਾਂ ਦੇ ਆ ਮਾਰਨਾ, ਮੈਨੂੰ ਦੱਸ ਬੰਦਿਆਂ ਤਰ੍ਹਾਂ। ਆ ਉਰੇ ਕਰਿਓ ਜਰਾ, ਚੱਲ ਤੁਹਾਡਾ ਬੇਟਾ ਲੱਗ ਰਿਹਾ। ਮੈਂ ਕਹਿੰਦਾ ਇੱਥੇ ਗੱਲ ਆ, ਸਾਰਿਆਂ ਨੂੰ ਪੁੱਛ ਤੂੰ ਨਾਨਾ ਜੀ ਲੱਗ ਰਿਹਾ ਇਹਦਾ, ਐਵੇਂ ਗੱਲ ਵਧਾਈ ਨਾ ਮੇਰੇ ਨਾਲ। ਭਾਜੀ ਫਿਰ ਜੁੱਤੀ ਪਾਲਿਸ਼ ਇੱਥੇ ਲਾ ਲਾ, ਤੂੰ ਮੁੜ ਜਾ ਕਿਤੇ ਪਾਸੇ, ਐਡੀ ਤੇਰੀ ਜੁੱਤੀ ਚੜੀ। ਅੱਛਾ ਭਾਣ ਜੁੱਤੀ ਨਾ ਸੌਫਟ ਆ ਮੇਰੀ। ਕਿਹੜੀ? ਇਹਦੇ ਵਿੱਚ ਤੁਸੀਂ ਰਖਾਉਣੀਆਂ ਵਾ 70 ਸੀਟਾਂ। ਇੱਥੇ ਉੱਠ ਚੱਲ, ਤਿੱਤਰ ਚੱਲ, ਜੁੱਤੀ ਪਾਲਿਸ਼ ਹੋਰੀ 70 ਸੀਟਾਂ, ਐਡਾ ਇਹਦੇ ਥੱਲੇ ਤੂੰ ਇੰਜਣ ਲਵਾਇਆ, ਕੋਸਟਨ ਬਣਾਈ ਆ ਤੂੰ, ਐ ਮਿੰਟ ਬਾਅਦ ਤੂੰ ਇਹ ਵੀ ਕਹਿੰਦਾ ਇਹਦਾ ਆਇਲ ਚੇਂਜ ਕਰਾ ਦੇ, ਹੈਂ ਤੂੰ ਇਹ ਵੀ ਕਹਿੰਗਾ ਇਹਨੂੰ ਸ਼ੀਸ਼ਾ ਲਾਉਣਾ ਤੇ ਸ਼ੀਸ਼ੇ ਦੇ ਅੱਗੇ ਕੱਪੜਾ ਮਾਰਦੇ, ਕਰ ਲਾ ਪਾਣੀ। ਤੂੰ ਇਹ ਵੀ ਕਹਿੰਗਾ ਵੀ ਬਰਾਤ ਖਿਲਾਰੀ ਆ, ਸਾਰੀ ਇਹਦੇ ਵਿੱਚ ਅੱਛੇ ਤਰੀਕੇ ਨਾਲ ਸੀਟਿੰਗ ਕਰਾ ਕੇ ਤੇ ਗੱਡੀ ਟਾਈਮ ਨਾਲ ਕੱਢਣੀ ਆ, ਐਡੀ ਕਿਤੇ ਤੇ ਕਰ ਦੇ ਯਾਰ, ਕਾਲੀ ਆ ਮੈਨੂੰ ਭਾਈ, ਕਰ ਦੇ ਕਰ ਦੇ।
ਬਦਤਮੀਜ਼ੀ ਕਰ ਰਹੇ ਹੋ ਤੂੰ ਇੱਥੇ ਰੱਖਣੇ ਕਿ ਮੈਨੂੰ ਪੌਦੇ ਲਾਉਣੇ ਮੇਰੇ ਗਾਹਕ ਅੱਲਾ ਦੀ ਰਹਿਮਤ ਉਹ ਤੇਰੇ ਤੇ ਲਾਨਤ ਐਸੇ ਗਾਹਕ ਦੇ ਤੂੰ ਕਰਾਉਣਾ ਮੈਨੂੰ ਉਂਝ ਕਹਿ ਵੀ ਮੇਰੀ ਜੁੱਤੀ ਮਾਲਸ਼ ਕਰ ਰੋਟੀ ਕਿੰਨੇ ਕਮਾ ਲੈਂਦੇ ਹੋ ਇੱਥੋਂ ਹੈਂ ਕਿੰਨੇ ਕਮਾ ਲੈਂਦੇ ਕੀ ਆਪਣੇ ਬੱਚੇ ਮੇਰੇ ਕੋਲ ਛੱਡਣ ਆਉਣਾ ਤੂੰ ਦੱਸੀ ਯਾਰ ਤੇ ਕੋਲ ਮੈਂ ਕਿਉਂ ਛੱਡਾਂ ਤੂੰ ਮੇਰੇ ਬੱਚਿਆਂ ਦਾ ਨਾਨਾ ਅੱਗੇ ਰੱਬ ਨੇ ਥੋੜੀ ਕੀਤੀ ਹੈ ਤੇਰੇ ਨਾਲ ਚੱਲ ਲੈਂਦੇ ਕੋਈ ਐਸੀ ਗੱਲ ਨਹੀਂ ਤੂੰ ਆ ਕੀ ਹੱਲ खोलिया तू भी बदतमीजी करने एनक पाई फिर यार मेरे ना गल कर भाई अड्डे ना छेट लांत कुत्तियां दुध पाऊंगा के आप पीना हाँ फेस वाश कर दूंगा फेस वाश भाई तुसी ना बदतमीजी कर रहे हो अच्छा तोड़ तेरिया पिनिया घुटा इतने मैं घुट दे यार जरा तुर फिटे मुंह तेरे ऐसे कस्टमर दे कर दे यार जुत्ती पाल नो 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 चंगी तरह कर मैं भाई जी तीन बूट आ अच्छा नहीं तीजा मूह कर दे ओ छेती करो मैं फिर देखो मेनू फोन आ रहे चिटन लगे वाह बी वाह गौर ना कर दी मेरा भरा क्या कहने मूह भी तुहाडा इंज लग रहा मेंगना वाला कुजा हुंदा ना तोड़ना दही एक सारा समान बंद करता मैं तोते नहीं रखे दादे की झांडा भी जिदा फिक्र पिया हो जाने जी सर तुसी दसो भाई इन वधना पाउनी आ क्यों जी नहीं मेरे वाल की देखदा पा हुण पानिया पई है बदरा पानिया मैं कहना इथे करके दो बदरा पैने ना ते जरा अच्छा लगेगा इहदी शेप जरा अच्छी हो जाएगी उहने पढ़िया लिखिया मस्त लग रहे हैं मैनू क्यों जी की पई इहनू बणदियां बदरा बणदियां तू इथे इथे पैर रख के कौन पालिश करदा अपनी आखरत बनवाओ व्याह दी मूवी ना बनाओ भाई ने वधरा पा दिया अच्छा अद्धी जुत्ती है मेरे को अद्धी ओनू घर ही रहने दे बच्चे खेडदे रहणगे स्टापू खेडदे रहणगे उहदे नाल है ਅੱਧੀ ਜੁੱਤੀ ਬਣਦੀ ਮੇਰੇ ਕੋਲ ਲਿਆਉਣੀ ਤੇਰੀ ਉਹ ਸਰ ਪੂਰੀ ਗੱਲ ਤੇ ਉਸ ਅੱਧੀ ਜੁੱਤੀ ਏ ਅੱਛਾ ਉਹਨੂੰ ਤੁਸੀਂ ਨਾ ਪੂਰਾ ਸੋਲ ਲਾ ਦਿਓ ਥੱਲੇ ਲਾ ਦਿਓ ਫਿਰ ਕੀ ਵੇਖਣ ਕਿਤੇ ਉਹ ਭਾਈ ਸੋਲ ਲੱਗਦਾ ਨਹੀਂ ਉਹਨੂੰ ਛੁੱਟ ਦੇ ਹੋਜੇ ਹੋਰ ਉਹ ਚ ਕੀ ਕੱਢਣਾ ਤੂੰ ਸਿੱਟ ਲੋੜੀ ਦੇ ਯਾਰ ਸਿੱਟ ਲੋੜੀ ਦੇ ਭਾਈ ਜਾਨ ਇੱਥੇ ਬਿਆ ਰਹਿਣ ਦੇ ਚੱਲ ਨਹੀਂ ਉਹ ਇਹ ਇੱਥੇ ਰੱਖ ਲਿਆ ਤੁਸੀਂ ਮੈਂ ਜਾਣਾ ਆ ਮੈਨੂੰ ਕੰਮ ਹੈਗਾ ਹੋਰ ਵੀ ਤੇ ਚੱਲ ਜਾ ਤੈਨੂੰ ਰੋਕਿਆ ਸੀ ਤੈਨੂੰ ਗੱਲ ਹੀ ਉਹ ਕਰਨੇ ਵੀ ਜਿਹੜੀ ਬਣਦੀ ਨਾ ਹੋਵੇ अच्छा 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 तो भाजी फटिया नू केले ला लेंदे हो की है किन्नू पैक करने तू नहीं यार तू ला लेना ना हां ला लेना मैं एदे मुंह ते ला दो यार नक दे बाल ता कटी मारे जी वे लो कैंची ते है ही है ਤੁਹਾਡੇ ਕੋਲ ਹੈਗੀ ਭਾਈ ਕਿੱਥੇ ਹੈ ਭੈਣ ਨੱਕ ਦੇ ਵਾਲ ਉਹ ਭਾਜੀ ਦੇ ਕਹਿਣ ਦੇ ਮੇਰੇ ਕੋਲ ਆ ਕੀ ਹੋਇਆ ਭਾਜੀ ਇਹਦੇ ਨੱਕ ਦੇ ਵਾਲ ਤੇ ਲਾਵਾਂ ਜਰਾ ਮੈਂ ਪਹਿਲਾਂ ਉਹਨੇ ਬੜੀ ਮੁਸ਼ਕਲ ਦੰਦ ਲਵਾਏ ਆ ਕੀ ਕਰਨ ਦੇ ਜੋ ਵੀ ਕਿਤ ਲਵਾਏ ਆ ਯਾਰ मिलाप करो ताकि दूजा बूट भी पूरा हो जाए नहीं होना है गल करो मेरा टाइम ना जाया करो
ਭਾਈ ਗੱਲ ਕਰ ਜਿਹੜੀ ਕਰਨ ਵਾਲੀ ਤੂੰ ਵੀ ਦੁਕਾਨ ਬੰਦ ਆ ਜਾ ਲੈ ਦੁਕਾਨ ਤੂੰ ਕੀ ਮਸਰੇ ਇੱਥੇ ਲੱਗਦਾ ਹੈ ਵੀ ਦੁਕਾਨ ਕਿੱਦਾਂ ਬੰਦ ਆ ਉਹ ਮੇਰਾ ਕਸਟਮਰ ਤੂੰ ਉਹਨੂੰ ਕਿਹੜੇ ਹਿਸਾਬ ਨਾਲ ਕਹਿੰਦਾ ਦੁਕਾਨ ਬੰਦ ਆ ਤੁਹਾਡਾ ਕਿਹਨੂੰ ਕਹਿੰਦੇ ਹੋ ਦੁਕਾਨ ਬੰਦ ਆ ਤੈਨੂੰ ਕਹਿੰਦੇ ਤੁਹਾਨੂੰ ਪਤਾ ਮੈਂ ਕੌਣ ਆ ਕੌਣ ਕੀ ਹੈ ਤੂੰ ਕੌਣ ਨਹੀਂ ਤੁਹਾਨੂੰ ਪਤਾ ਮੈਂ ਕੌਣ ਆ ਨਹੀਂ ਸਾਨੂੰ ਕਿਹਨੂੰ ਕਿਹਾ ਤੁਸੀਂ ਦੁਕਾਨ ਬੰਦ ਆ ਨਹੀਂ ਭੈਣ ਸਾਨੂੰ ਨਹੀਂ ਪਤਾ ਨਹੀਂ ਹਾਂਜੀ ਖੜਾ ਹੋ ਹੋ ਗਿਆ ਭੈਣ ਉਹ ਤੇਰੀ ਜੁਰਤ ਕਿਵੇਂ ਹੋਈ ਓਏ ਉਹ ਤੂੰ ਮੈਨੂੰ ਹੀ ਕਹਿ ਦਿੱਤਾ ਦੁਕਾਨ ਬੰਦ ਆ ਉਹਨੇ ਕਿਹਾ ਉਹ ਸੁੱਤਾ ਵਾ ਉਹਨੇ ਕਿਹਾ ਤੈਨੂੰ ਦੁਕਾਨ ਬੰਦ ਆ ਉਹਦਾ ਮੂੰਹ ਕਾਲਾ ਹੋ ਜਾਵੇ ਝੂਠ ਬੋਲੇ ਮੈਂ ਕਿਹਾ ਹੀ ਨਹੀਂ ਮੈਂ ਕਹਿੰਦਾ ਤੜੀ ਜੋ ਕਿਹਾ ਕਿੰਨੇ ਦੁਕਾਨ ਬੰਦ ਆ ਯਾਰ ਤੂੰ ਸੁੱਤਾ ਪਿਆ ਖਾਬ ਚ ਗੱਲ ਸੁਣਨੇ ਸੀ ਉਹਨੇ ਕਿਹਾ ਵਾ ਤੈਨੂੰ ਮੈਂ ਹੀ ਆ ਵਾਸਕੋ ਜੇ ਉਹ ਤੁਸੀਂ ਮੈਨੂੰ ਜਾਣਦੇ ਨਹੀਂ ਸ਼ਾਇਦ ਪਛਾਣੇ ਆ ਕੀ ਇੱਥੇ ਪਿੰਨੀਆਂ ਘੁੱਟਦਾ ਵਾ ਲੱਛੀ ਵੇਚਦਾ ਬਦਾਰੀ ਅੱਡੇ ਚ ਪਰੌਂਠੇ ਵੰਡਦਾ ਵਾ ਤੂੰ ਦੇਖੋ ਤੁਸੀਂ ਕਿਹਾ ਕਿੰਨੂ ਆ ਤੁਹਾਨੂੰ ਪਤਾ ਆ ਅਸੀਂ ਤੈਨੂੰ ਕਿਹਾ ਵਾ ਫੇਰ ਸੋਚ ਲੈ ਸੋਚਣ ਕੀ ਮੈਂ ਟੈਸਟ ਦੇਣੇ ਆ ਮੈਂ ਸੋਚ ਲੈ ਹਜੇ ਵੀ ਵੇਲਾ ਹੀ ਤੇਰੇ ਕੋਲ ਹਜੇ ਵੀ ਸੋਚ ਲੈ ਤੈਨੂੰ ਪਤਾ ਨਹੀਂ ਤੇਰਾ ਵਾਹ ਕਿਹਦੇ ਨਾਲ ਪੈ ਗਿਆ ਓਏ ਨਾਲ ਉਹ ਤੇਰੀ ਤਸਵੀਰ ਖਿੱਚਾ ਤਸਵੀਰਾਂ ਤੁਹਾਡੀਆਂ ਅਖਬਾਰਾਂ ਤੇ ਆਉਣੀਆਂ ਕੀ ਗੱਲ ਤੇਰੇ ਪੈਸੇ ਕੱਢ ਲਏ ਸੀ ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਵਾਹ ਕਿਹਦੇ ਨਾਲ ਪੈ ਗਿਆ ਸਾਨੂੰ ਨਹੀਂ ਪਤਾ ਵਾਹ ਕਿਹਦੇ ਨਾਲ ਪਿਆ ਸਾਨੂੰ ਇਹ ਪਤਾ ਕਿ ਇੱਕ ਡੰਗਰ ਬੰਦੇ ਨਾਲ ਵਾਹ ਪੈ ਗਿਆ ਅੱਗੇ ਇੱਕ ਚਵਲ ਮੈਨੂੰ ਟੱਕਰ ਗਿਆ ਇਧਰੋਂ ਇੱਕ ਡੰਗਰ ਟੱਕਰ ਗਿਆ ਤੂੰ ਡੰਗਰ ਕਿਹਾ ਨਾ ਕੋਈ ਗੱਲ ਨਹੀਂ ਅੱਛਾ ਇੱਕ ਨੂੰ ਕਿਹਾ ਦੁਕਾਨ ਬੰਦਾ ਤੈਨੂੰ ਉਹਨੇ ਕਿਹਾ ਮੈਂ ਤਾਂ ਕਿਹਾ ਹੀ ਨਹੀਂ ਮੈਂ ਕੰਨਾ ਇੱਥੋਂ ਛੱਡ ਗਿਆ ਇੱਥੋਂ ਛੱਡ ਗਿਆ ਇੱਥੋਂ ਝਾੜ ਰਿਹਾ ਸੀ ਮੈਂ ਝਾੜ ਰਿਹਾ ਸੀ ਹਜੇ ਇੱਕ ਮਿੰਟ ਖਲੋ ਜਾ ਤੈਨੂੰ ਪਤਾ ਨਹੀਂ ਹੈਗਾ ਕਿਹਨੂੰ ਕਹਿਤਾ ਈ ਆ ਝਾਰੇ ਭਲਵਾਨ ਦਾ ਕਜ਼ਨ ਆ ਤੂੰ ਨਹੀਂ ਦੁਕਾਨ ਬੰਦ ਆ ਕਿਹਨੂੰ ਕਹਿਤਾ ਈ ਤੇਰੇ ਮੂੰਹ ਤੇ ਕਿਹਾ ਇਹਨੇ ਗਿਆ ਤੂੰ ਚੁੱਪ ਰਹਿ ਵਿੱਚ ਨਾ ਬੋਲੀ ਓਏ ਸ਼ਰਾਰਤ ਵਾਲੀ ਉਂਗਲ ਬਸ ਚੰਗਾ ਰਿਹਾ ਹੁਣ ਅਗਲਾ ਕਹੇ ਮੈਂ ਹੈ ਤੇਰੇ ਬੱਲੇ ਕੀ ਰਾਜੇ ਕਿਉਂ ਕਹਾਂ ਮੈਂ ਨਹੀਂ ਦੁਕਾਨ ਕਿਹਨੂੰ ਕਿਹਾ ਬੰਦ ਆ ਉਹ ਦੁਕਾਨ ਉਹਨੇ ਕਿਹਾ ਭਾਈ ਸਮੋਸਾ ਟੈਪ ਉਹਨੇ ਕਿਹਾ ਟੈਪ ਤੂੰ ਕਹਿ ਲਿਆ ਨਾ ਕਹਿ ਲਿਆ ਕੋਈ ਗੱਲ ਨਹੀਂ ਹਾਂ ਨਹੀਂ ਇਹ ਕਿਹਨੂੰ ਕਿਹਾ ਹੀ ਦੁਕਾਨ ਬੰਦ ਹੈ ਚਲੋ ਯਾਰ ਸ਼ੇਵ ਕਰਨੀ ਆ ਤੂੰ ਮਿੰਟ ਬਾਅਦ ਇਹ ਕਿਹਨੂੰ ਕਿਹਾ ਹੀ ਹੈ ਚੇਂਜ ਕਰ ਯਾਰ ਮੈਂ ਜਾਣਾ ਓਏ ਨੂੰ ਪਰੇ ਕਰ ਲਾਂਤ ਯਾਰ ਮਿੰਟ ਬਾਅਦ ਕੈਸੇ ਢੇਠੇ ਕਸਟਮਰ ਹੋ ਤੁਸੀਂ ਤੇਰੀ ਲੜਾਈ ਪਤਾ ਨਹੀਂ ਕਿਦੋਂ ਮੁਕਣੀ ਹੈ ਇਹ ਕਿਉਂ ਕਿਹਾ ਹੀ ਦੁਕਾਨ ਬੰਦ ਹੈ ਕਿਹਨੂੰ ਕਿਹਾ ਹੀ ਇਹਨੂੰ ਤੇ ਫੱਟੇ ਦਬਾ ਲਓ ਯਾਰ ਉੱਥੇ ਕਹੀ ਵੇ ਕਿਹਨੂੰ ਕਿਹਾ ਹੀ ਇਹ ਕਿਹਨੂੰ ਕਿਹਾ ਹੀ ਇਹ ਕਿਹਨੂੰ ਕਿਹਾ ਹੀ ਤੈਨੂੰ ਪਤਾ ਨਹੀਂ ਹੈਗਾ ਤੇਰਾ ਬਾਹਰ ਕਿਹਦੇ ਜੁੱਤੀ ਪਾਲਿਸ਼ ਕਰਦੇ ਓ ਨੋ ਕਨੇ ਤਰ ਉੱਤਰ ਥਲੇ ਲਾਂਤ ਗਿਆ ਬਦਤਮੀਜ਼ੀ ਆ ਉਤਿਆ ਤੁਸੀਂ ਬਦਤਮੀਜ਼ੀ ਨਹੀਂ ਕਰਨ ਦੇ ਤੈਨੂੰ ਪਤਾ ਮੈਂ ਕੌਣ ਆ ਕਿਹਨੂੰ ਯਾਰ ਮੈਨੂੰ ਨਹੀਂ ਪਤਾ ਤੂੰ ਜਿਹੜਾ ਇੱਥੇ ਸੱਪ ਕੱਢਣਾ ਕੱਢ ਲਾ ਮੈਨੂੰ ਨਹੀਂ ਪਤਾ ਤੂੰ ਕੀ ਆ ਹੈ ਤੇਰਾ ਤਿੰਨ ਕੰਨ ਵਾ ਤੂੰ ਇਹਨੂੰ ਜਾ ਚਲੋ ਤਿੰਨ ਕੰਨ ਗਏ ਨਾ ਹੋਣਗੇ ਮੈਂ ਇਹ ਕਿਹਨੂੰ ਕਿਹਾ ਹੀ ਦੁਕਾਨ ਬੰਦ ਆ ਇਹ ਕਿਹਨੂੰ ਕਿਹਾ ਹੀ ਤੂੰ ਇਹਨੂੰ ਜਾਣਦਾ ਨਹੀਂ ਇਹ ਕਿ ਦੰਦੀ ਵੜ ਦਿੰਦਾ ਵਾ ਅੱਛਾ ਇਹਨੂੰ ਕਹਿੰਦੇ ਦੰਦੀ ਵੜ ਦੇਣਾ ਕੁੱਤਾ ਕੀ ਕੁੱਤਾ ਹਾਂ ਕਹਿ ਲਿਆ ਨਾ ਹਾਂ ਇਹ ਕਿਹਨੂੰ ਕਿਹਾ ਹੀ ਦੁਕਾਨ ਬੰਦ ਆ ਮੇਰੇ ਆ ਮੋੜਾ ਉਹ ਕਿੱਥੇ ਹੀ ਗਾ ਗਾ ਉਹਨੇ ਤੈਨੂੰ ਕੁੱਤਾ ਵੀ ਕਹਿਤਾ ਤੈਨੂੰ ਸਾਰਾ ਕੁਝ ਕਹਿਤਾ ਹਜੇ ਵੀ ਕਹਿੰਦਾ ਕਿਹਨੂੰ ਕਿਹਾ ਹੀ ਇਹਨੂੰ ਪਤਾ ਨਹੀਂ ਹੈਗਾ ਕਿਹਦੇ ਨਾਲ ਵਾਹ ਪਿਆ ਗਿਆ ਦਾ ਤੇਰੀ ਫੱਕੀ ਮਸ਼ਹੂਰ ਆ ਮੈਂ ਕਹਿੰਦਾ ਤੂੰ ਜਾਣਦਾ ਨਹੀਂ ਹੈ ਮੈਨੂੰ ਤੂੰ ਤੂੰ ਕੀ ਆ ਤੇਰੀਆਂ 13 ਬੱਸਾਂ ਵਿੱਚ ਤੈਨੂੰ ਮੈਂ ਦੱਸ ਦਿੱਤਾ ਨਾ ਤੂੰ ਥਰ ਥਰ ਕੰਮਲ ਲੱਗ ਪੈਣਾ ਮੈਂ ਕੌਣ ਆ ਅੱਬਾ ਇਹਨੇ ਤੇਰੀ ਤਰਫ ਲਿਆ ਕੀ ਕਰ ਯਾਰ ਆ ਬਰੂਸ ਲੀ ਦੀ ਉਹ ਤਾਂ ਕਰਦੇ ਪਹਿਲੇ ਓਏ ਬੜੀ ਖੁਸ਼ਕ ਜ਼ਖਮ ਵਰਗੀ ਤੇਰੀ ਸ਼ਕਲ ਚੱਲ ਪਰੇ ਆ ਊਂਟ ਦੇ ਗੋਡੇ ਵਰਗਾ ਮੂੰਹ ਆ ਤੇਰਾ ਮੇਰਾ ਤਾਂ ਨਿਕਲ ਜਾ ਬੜੀ ਇੰਨੀ ਬਹੁਤ ਮੇਰੀ ਚੱਲ ਤੇਰੀ ਜੁਰਤ ਕਿਵੇਂ ਹੋ ਗਈ ਕਿੰਨੂੰ ਉਹ ਬਾਤ ਕਰਦੇ ਤੂੰ ਕੀ ਆ ਟੁੱਟੀ ਜੁੱਤੀ ਲੈ ਗਿਆ ਤੇਰੀ ਜੁਰਤ ਕਿੱਦਾਂ ਪਈ ਆ ਤੂੰ ਕਿਹਾ ਕਹਿੰਨੂੰ ਹੀ ਕਹੀ ਉਹ ਤੈਨੂੰ ਹੀ ਕਿਹਾ ਹੀ ਦੁਕਾਨ ਬੰਦ ਤੈਨੂੰ ਪਤਾ ਨਹੀਂ ਆਇਆ ਤੈਨੂੰ ਮੈਂ ਜਦੋਂ ਤਾਰਫ ਕਰਾਇਆ ਨਾ ਮੈਂ ਕੌਣ ਆ ਓਕੇ ਕੀ ਤੂੰ ਤਾਰਫ ਕਰਾਉਣਾ ਇੱਕ ਛਿੱਟਲ ਨਹੀਂ ਮੇਰਾ ਆ ਕੇ ਦੁਕਾਨ ਤੈਨੂੰ ਕਹਿੰਦੇ ਕਹਿੰਦਾ ਬੰਦ ਕਰ ਤੂੰ ਮੈਨੂੰ ਜਾਣਦਾ ਹੀ ਨਹੀਂ ਉਹ ਮੈਂ ਇਹਦੇ ਕੋ ਪਾਣੀ ਭਰਾਉਣਾ ਵਾ ਉਹ ਪਾਣੀ ਭਰਾ ਲਿਆ ਹੀ ਨਾ ਆਹੋ ਇਹ ਕਿਹਨੂੰ ਕਿਹਾ ਹੀ ਉਹ ਤੈਨੂੰ ਕਿਹਾ ਹੀ ਤੈਨੂੰ ਕਿਹਾ ਹੀ ਦੁਕਾਨ ਬੰਦ ਆ ਦੁਕਾਨ ਬੰਦ ਵਾ ਤੈਨੂੰ ਮੈਂ ਦੱਸਾਂ ਮੈਂ ਕੌਣ ਆ ਤੇ ਬੰਦ ਤੁਸੀਂ ਬੰਦ ਕਰ ਟੁੱਟ ਬਿਟੇ ਨੂੰ ਯਾਰ ਕਿੱਥੋਂ ਜੁੱਤੀ ਪਾਲਸ਼ ਕਰਾਉਣ ਆ ਗਿਆ ਤੂੰ ਲਾਂਤ ਗਿਆ ਥੱਲੇ ਉੱਤੇ ਜੁੱਤੀ ਪਾਲਸ਼ ਚੜੀ ਤੈਨੂੰ ਕਮੀਨਾ ਕਿਸੇ ਦਾ ਪੈਸੇ ਹੁੰਦੇ ਚੰਗੇ ਨਹੀਂ ਲੱਗਦੇ ਮੈਨੂੰ ਚੰਗੇ ਨਹੀਂ ਲੱਗਦੇ ਤੁਹਾਡੇ ਪੈਸੇ ਤੇ ਬਿਲਕੁਲ ਦੋਨਾਂ ਦੇ ਚੰਗੇ ਲੱਗਦਾ ਵੇ ਕਿਆ ਕਿੰਨੂੰ ਹੀ ਉਹ ਤੇਰੇ ਵਰਗੇ ਕਚਹਿਰੀਆਂ 'ਚ ਬੰਦੇ ਹੁੰਦੇ ਆ ਕੋਟ ਬਾਗ ਤੇ ਜਾ ਕੇ ਸਿਰ ਚਨਿਆਂ ਦੀ ਦਾਲ ਵੇਚਦੇ ਨੇ 20 ਰੁਪਏ 20 ਰੁਪਏ ਮੇਰੇ ਵਰਗੇ ਬੰਦੇ ਦਾਲ ਵੇਚਦੇ ਹਨ ਹਾਂਜੀ ਹਾਂਜੀ ਚਲੇ ਤੇ ਤੈਨੂੰ ਮੈਂ ਮਾਫ ਕੀਤਾ ਅੱਛਾ ਪਾਇਨ ਹੋਰ ਇਹ ਕਿਹਨੂੰ ਕਿਹਾ ਹੀ ਦੁਕਾਨ ਬੰਦ ਆ ਕਿਹਨੂੰ ਕਿਹਾ ਹੀ ਤੈਨੂੰ ਕਿਹਾ ਤਾਂ ਬੋਲਾ ਮੈਂ ਕੋ ਉਹ ਕਿਦਾਂ ਦਾ ਨਾ ਹੈ ਉਹ ਤੈਨੂੰ ਲਵੇ ਛਾਲਾ ਮੌੜਾ ਮੈਂ ਤੈਨੂੰ ਕਿਹਾ ਹੀ ਓਏ ਉਹ ਲਾਂਦਿਆ ਤੇਰੇ ਮਰ ਜਾਣ ਅਗਲੇ ਪਿਛਲੇ ਤੈਨੂੰ ਕਿਹਾ ਹੀ ਤੈਨੂੰ ਪਤਾ ਮੈਂ ਕੌਣ ਆ
मैं दसन लगा मैं कौन कौन मैं शुगर का मरीज हां।